पैरोलंपिक मैडल जेतू खिडारियों नूं वी ओह सम्मान मिलना चाहीदा जो ओलंपिक मैडल जेतू खिडारियों नूं मिल रहा है। यह कहना ओलंपिक हाकी विच कांसी मैडल विजेता खिडारी सिमरजीत सिंह दा। LIC इंश्योरेंस कंपनी दे वल्लों सिमरजीत सिंह दे बटाला नजदीके पंचाल कला पुज के उन्हां नूं 25 लाख रुपए का सम्मान दिता गया। दस दिए कि इस मौके दी कंपनी दे वड्डे अधिकारी भी मौजूद रहे, पर हाकी खिडारी सिमरजीत सिंह ने इस मौके कहा कि जिन्नी मेहनत दूजे खिडारी करते हैं उन्नी ही पैरोलंपिक खिडारी भी करते हैं, अते जिथे दूजे खिडारियों नूं सम्मान पंजाब सरकार वल्लों दिता जांदा है उन्हां नूं भी उन्ना सम्मान देना चाहिए, वह भी उन्हें सम्मान के हकदार ने। देखो जी, मेरे हिसाब न तो जो पैरालंपिक दे विच जिहड़ा लैके आए मैडल लैके आए आ जिन्ना मान सम्मान इन्हों दिता जा रहा जो ओलंपिक दे विच मैडल लैके आए अपने खिडारी, मेरे तो सरकारों नूं इहो कहना होगा भी उन्होंने भी उन्ना ही मान सम्मान दिता जाए। जिहड़ी पनीरी तैयार करते हैं कोच, हाँ जी पनीरी तैयार होंगी है प्लेयर बनता फिर ओलंपिक मैडल जीत के आता, जो कोच थोड़े वर्गे पनीरी तैयार करते हैं, हाँ जी सरकार उन्होंने क्यों अनदेखा कर दें, की कहना चाहते हो सरकार? देखो ये हुण सरकारां दीआं पॉलिसियां ना जां ते पॉलिसी बनाई जाए फिर ही है भी जिदा जो थल्लों ग्राउंड लैवल से कोच काम करते उन्हां नूं भी जो मान सम्मान उन्हां दा बनता दिता जाए, जिदा दूसरे कोच हुंदे जिदा दूजा अकैडमियां जांदे उन्हां दा जो भी मान सम्मान उह सरकारां नूं कोचां नूं भी देना उन्हां दा फर्ज बनता। ਤੁਹਾਨੂੰ ਲੱਗਦਾ ਕਿ ਜਦੋਂ ਉਹਨਾਂ ਕੋਚਾਂ ਦਾ ਵੀ ਸਨਮਾਨ ਹੋਣ ਲੱਗਾ ਤਾਂ ਹੋਰ ਵਧੀਆ ਪਲੇਅਰ ਨਿਕਲ ਕੇ ਉੱਭਰ ਕੇ ਸਾਹਮਣੇ ਆਉਣਗੇ? ਜਦੋਂ ਕੋਚਾਂ ਦਾ ਮਾਨ ਸਨਮਾਨ ਹੋਊਗਾ ਤਾਂ ਉਹ ਜਿੱਦਾਂ ਕੋਈ ਹੋਰ ਪਿੰਡਾਂ ਦੇ ਵਿੱਚ ਕੋਚ ਟ੍ਰੇਨਿੰਗ ਦਿੰਦੇ ਆ ਉਹ ਹੋਰ ਬਹੁਤ ਵਧੀਆ ਲਗਨ ਅਤੇ ਮਿਹਨਤ ਨਾਲ ਟ੍ਰੇਨਿੰਗ ਕਰਾਉਣਗੇ, ਉਹ ਕਹਿਣਗੇ ਵੀ ਹਾਂ ਵੀ ਇਹਨਾਂ ਕੋਚਾਂ ਨੂੰ ਮਾਨ ਸਨਮਾਨ ਪੰਜਾਬ ਸਰਕਾਰ ਦੇ ਰਹੀ ਆ ਅਤੇ ਅਸੀਂ ਵਧੀਆ ਪਲੇਅਰ ਤਿਆਰ ਕਰਕੇ ਇੰਡੀਆ ਦੀ ਝੋਲੀ ਵਿੱਚ ਪਾਈਏ, ਆਉਣ ਵਾਲੇ ਸਮੇਂ 'ਚ ਸਾਨੂੰ ਵੀ ਮਾਨ ਸਨਮਾਨ ਦਿੱਤਾ ਜਾਵੇ। ਬਹੁਤ ਵਧੀਆ ਲੱਗ ਰਿਹਾ ਹੈ ਜਿਵੇਂ LIC ਸਾਨੂੰ ਸਨਮਾਨਿਤ ਕਰ ਰਹੀ ਆ, ਜਿਸ ਤਰੀਕੇ ਨਾਲ ਸਾਡੇ ਘਰ ਵਿੱਚ ਆ ਕੇ ਸਾਨੂੰ ਪਿਆਰ ਦੇ ਰਹੇ ਨੇ, ਮੈਂ ਸਮਝਦਾ ਇਸ ਪੂਰੇ ਇਲਾਕੇ ਦੇ LIC ਫੈਮਿਲੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਪੂਰੀ LIC ਟੀਮ ਨੂੰ, ਸੀਨੀਅਰ ਆਫਿਸਰਸ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੀ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਯੰਗਸਟਰ ਹਾਕੀ ਜਾਂ ਕਿਸੇ ਵੀ ਸਪੋਰਟਸ ਨਾਲ ਜੁੜਨਗੇ ਆਉਣ ਵਾਲੇ ਟਾਈਮ 'ਤੇ ਇੰਡੀਆ ਦਾ ਸਪੋਰਟਸ ਲੈਵਲ ਤੁਸੀਂ ਦੇਖ ਸਕਦੇ ਹੋ ਕਿ ਗ੍ਰਾਫ ਉੱਪਰ ਜਾ ਰਿਹਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਉਹ ਵੀ। ਨਹੀਂ ਜੀ, ਹਰ ਗੌਰਮੈਂਟ ਦੀ ਆਪਣੀ ਪਾਲਿਸੀ ਹੁੰਦੀ ਆ, ਪਾਲਿਸੀ ਇਜ਼ ਆਲਵੇਜ਼ ਦੇਅਰ, ਬਟ ਇਹ ਹੈ ਕਿ ਜਦੋਂ ਅਸੀਂ ਵੀ ਖੇਡ ਰਹੇ ਸੀ ਅਤੇ ਸਰਕਾਰਾਂ ਉਸ ਟਾਈਮ ਪਲੇਅਰਾਂ ਦਾ ਮਾਇੰਡ ਡਿਸਟਰੈਕਸ਼ਨ ਦੇ ਕਰਕੇ ਕੁਛ ਅਨਾਊਂਸਮੈਂਟਸ ਨਹੀਂ ਕਰਦੀਆਂ ਕਿ ਬੱਚਿਆਂ ਦਾ ਉਦੋਂ ਮਾਇੰਡ ਡਿਵਰਟ ਹੁੰਦਾ ਆ ਡਿਊਰਿੰਗ ਟੂਰਨਾਮੈਂਟਸ ਦੇ ਵਿੱਚ, ਮੈਨੂੰ ਇਹ ਪੂਰੀ ਉਮੀਦ ਹੈ ਕਿ ਜਦੋਂ ਖੇਲ ਕੇ ਵਾਪਸ ਆਉਣਗੇ ਦੇਸ਼ ਪਰਤਣਗੇ ਤਾਂ ਸਭ ਕੁਛ ਸਨਮਾਨਿਤ ਉਹਨਾਂ ਨੂੰ ਕੀਤਾ ਜਾਵੇਗਾ। ਅੱਜ ਕੱਲ੍ਹ ਆ ਵੀ ਚੁੱਕੇ ਨੇ ਦੇਸ਼ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮਿਲ ਵੀ ਚੁੱਕੇ ਨੇ, ਪਰ ਕੁਛ ਵੀ ਉਹਨਾਂ ਬਾਰੇ ਅਨਾਊਂਸ ਨਹੀਂ ਹੋਇਆ, ਕੀ ਲੱਗਦਾ ਕਿ ਉਹਨਾਂ ਦੀ ਮਿਹਨਤ ਘੱਟ ਹੁੰਦੀ ਹੈ ਜਾਂ ਫਿਰ ਪੈਰਾਲੰਪਿਕਸ ਨੂੰ ਉਹ ਸਟੇਟਸ ਨਹੀਂ ਮਿਲ ਪਾਇਆ ਹਾਲੇ ਦੇ? ਨਹੀਂ ਜੀ, ਐਵੇਂ ਦੀ ਕੋਈ ਗੱਲ ਨਹੀਂ, ਅਸੀਂ ਜਿਸ ਕੈਂਪਸ ਵਿੱਚ ਪ੍ਰੈਕਟਿਸ ਕਰਦੇ ਹਾਂ ਸਾਡੇ ਨਾਲ ਪੈਰਾਲੰਪਿਕਸ ਵੀ ਉੱਥੇ ਪ੍ਰੈਕਟਿਸ ਕਰਦੇ ਨੇ, ਮੈਨੂੰ ਲੱਗਦਾ ਕਿ ਇਹ ਗੌਰਮੈਂਟ ਦੀ ਪਾਲਿਸੀ ਉਹਨਾਂ 'ਤੇ ਡਿਪੈਂਡ ਆ ਕਿ ਇਸ ਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਸਿਮਰਨਜੀਤ ਕੀ ਕਹਿਣਾ ਚਾਹੁੰਦਾ ਗੌਰਮੈਂਟ ਨੂੰ ਪੈਰਾਲੰਪਿਕਸ ਪਲੇਅਰਾਂ ਨੂੰ ਲੈ ਕੇ? ਜੀ, ਜਿਸ ਤਰ੍ਹਾਂ ਉਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਇਸ ਓਲੰਪਿਕਸ ਵਿੱਚ, ਮੈਂ ਸਮਝਦਾ ਕਿ ਸਾਨੂੰ ਉਹਨਾਂ ਤੋਂ ਬਹੁਤ ਮੋਟੀਵੇਸ਼ਨ ਮਿਲੀ ਆ। ਕੰਪਨੀ ਦਾ ਇਸ ਲਈ ਕਿ ਸਾਹਿਬ ਆਪ ਸਭ ਜਾਣਦੇ ਹੋ ਕਿ ਭਾਰਤੀ ਜੀਵਨ ਬੀਮਾ ਨਿਗਮ ਵੀ ਹਿੰਦੁਸਤਾਨ ਕੀ ਸਰਵਸ਼੍ਰੇਸ਼ਠ ਬੀਮਾ ਕੰਪਨੀ ਹੈ, ਤਾਂ ਉਹਨਾਂ ਨੇ ਨਿਰਣੇ ਲਿਆ ਕਿ ਜੋ ਸਰਵਸ਼੍ਰੇਸ਼ਠ ਵਿਸ਼ਵ ਕੇ ਖਿਡਾਰੀ ਹੈ ਉਨਕੋ ਵੀ ਹਮ ਆਜ ਸਨਮਾਨਿਤ ਕਰੇਂ, ਔਰ ਉਸੀ ਕੜੀ ਮੈਂ ਆਜ ਹਮ ਇਨਕੋ ਸਨਮਾਨਿਤ ਕਰਨੇ ਕੇ ਲਿਏ ਆਇਆ ਹੈ। ਅਬ ਵੈਸੇ ਤੋ ਸਨਮਾਨ ਕਾ ਕੋਈ ਤਰੀਕਾ ਹੋਤਾ ਨਹੀਂ ਹੈ ਔਰ ਨਾ ਹੀ ਸਨਮਾਨ ਕੀ ਕੋਈ ਵੈਲਿਊ ਹੋਤੀ ਹੈ, ਕੋਈ ਕੀਮਤ ਹੋਤੀ ਹੈ, ਲੇਕਿਨ ਫਿਰ ਵੀ ਹਮ 25 ਲੱਖ ਰੁਪਏ ਕਾ ਛੋਟਾ ਸਾ ਟੋਕਨ ਮਨੀ ਦੇ ਕੇ ਆਜ ਹਮ ਇਨਕੋ ਸਨਮਾਨਿਤ ਕਰ ਰਹੇ ਹੈਂ। ਦੂਸਰੇ ਪਲੇਅਰ ਜੋ ਓਲੰਪਿਕਸ ਮੇਂ ਜੀਤ ਗਏ ਉਸਕੇ ਲਈ ਵੀ ਕੰਪਨੀ ਕੁਛ ਕਰੇਗੀ? ਉਨਕੇ ਲਈ ਹਮਨੇ ਕੀਆ ਹੈ, ਅਭੀ ਤੱਕ ਭਾਰਤੀ ਜੀਵਨ ਬੀਮਾ ਨਿਗਮ ਮੇਂ ਜਿਤਨੇ ਵੀ ਹਮਾਰੇ ਹਾਕੀ ਦੇ ਖਿਲਾੜੀ ਜੀਤ ਕੇ ਆਏ ਹੈ ਸਭ ਨੇ 25-25 ਲੱਖ ਰੁਪਏ ਕਾ ਸਨਮਾਨ ਸਭ ਨੇ ਦਿਆ ਹੈ। ਕੰਪਨੀ ਪੈਰਾ ਓਲੰਪਿਕਸ ਦੇ ਪਲੇਅਰ ਜੋ ਜਿੱਤ ਕੇ ਆ ਰਹੇ ਉਹਨਾਂ ਵਾਸਤੇ ਕੁਛ ਕਰੇਗੀ, ਕਿਉਂਕਿ ਸਰਕਾਰਾਂ ਨੇ ਹਾਲੇ ਤੱਕ ਉਹਨਾਂ ਲਈ ਕੁਛ ਅਨਾਊਂਸ ਨਹੀਂ ਕੀਤਾ? ਅਬ ਉਸ ਮੇਂ ਸਰ ਹਮ ਯਹਾਂ ਤੱਕ ਕਾ ਬਤਾ ਸਕਤੇ ਹੈਂ, ਬਾਕੀ ਅਗਰ ਆਲ ਓਵਰ ਇੰਡੀਆ ਕੀ ਬਾਤ ਕਰੇ ਤਾਂ ਹਮਾਰੇ ਜੋ ਕੇਂਦਰੀ ਕਾਰਿਆਲੇ ਹੈ ਉਹ ਇਸ ਪਰ ਕੁਛ ਟਿੰਪਣੀ ਕਰ ਸਕਤੇ ਹੈਂ। ਆਪ ਖੁਦ ਕਿਆ ਸਮਝਤੇ ਹੋ, ਪੈਰਾ ਓਲੰਪਿਕਸ ਪਲੇਅਰ ਕੇ ਸਨਮਾਨ ਹੋਣਾ ਚਾਹੀਏ? ਹੋਣਾ ਚਾਹੀਏ ਔਰ ਨਿਸ਼ਚਿਤ ਰੂਪ ਸੇ ਹੋਣਾ ਚਾਹੀਏ, ਔਰ ਹਰੇਕ ਕੋ ਇਨਕੇ ਉਪਰ ਗਰਵ ਹੋਣਾ ਚਾਹੀਏ ਔਰ ਹਰੇਕ ਕੋ ਆਵਾਜ਼ ਬੁਲੰਦ ਕਰਨੀ ਚਾਹੀਏ ਕਿ ਇਨਕਾ ਸਨਮਾਨ ਹਰ ਸਤਰ ਪਰ ਹੋਣਾ ਚਾਹੀਏ।